ਸਾਂਝਾ ਪੰਜਾਬ ਟੀਵੀ ਪ੍ਰੋਗਰਾਮ ਦੇਖ ਰਹੇ ਰੱਬ ਵਰਗੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ। ਗੁਰਪ੍ਰੀਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੱਖ ਵੱਖ ਸਮੇਂ ਦੇ ਹਿਸਾਬ ਨਾਲ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਾਉਂਦੇ ਹਾਂ ਹਰ ਇੱਕ ਭਾਈਚਾਰੇ ਦੀ ਸਿਰਕਟ ਸ਼ਖਸੀਅਤ ਦੇ ਨਾਲ ਔਰ ਬਿਜ਼ਨਸਮੈਨ ਭਰਾਵਾਂ ਨਾਲ। ਅੱਜ ਸਾਡੇ ਸਟੂਡੀਓ ਵਿੱਚ ਵੀ ਇਸੇ ਤਰ੍ਹਾਂ ਹੀ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਭਾਈਚਾਰੇ ਦੀ ਇੱਕ ਸਿਰਕਟ ਸ਼ਖਸੀਅਤ ਸਾਡੇ ਨਾਲ ਹਾਜ਼ਰ ਹੈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਿਹਨੂੰ ਕਹਿ ਲਓ ਕਿ ਬਿਜ਼ਨਸ ਦੇ ਖੇਤਰ ਦੇ ਵਿੱਚ, ਟਰੱਕਿੰਗ ਇੰਡਸਟਰੀ ਦੇ ਖੇਤਰ ਦੇ ਵਿੱਚ ਆਪਣਾ ਨਾਮ ਨਾ ਖੱਟ ਚੁੱਕੀ ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਦੇ ਮਾਲਕ ਕਰਤਾ ਧਰਤਾ ਦੇ ਮੰਗਟ ਸਾਹਿਬ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਹੈ। ਉਹਨਾਂ ਦਾ ਜੀ ਆਇਆਂ ਕਰਦੇ ਹਾਂ ਜੀ। ਔਰ ਨਾਲ ਦੀ ਨਾਲ ਸਾਡੇ ਨਾਲ ਅਵਤਾਰ ਸਿੰਘ ਜੀ, ਜਿਹੜੇ ਕਿ ਹੁਣੇ ਹੀ ਸਭ ਤੋਂ ਪਹਿਲਾਂ ਦੇਵ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਂਝਾ ਪੰਜਾਬ ਸਟੂਡੀਓ ਦੇ ਵਿੱਚ। ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਜੀ ਗੁਰਪ੍ਰੀਤ, ਤੁਹਾਡਾ ਵਧੀਆ ਸ਼ਬਦਾਂ ਲਈ ਬਹੁਤ ਧੰਨਵਾਦ ਜੀ। ਅਤੇ ਜਿਹੜੇ ਸਾਂਝਾ ਪੰਜਾਬ ਟੀਵੀ ਦੇਖ ਰਹੇ ਨੇ ਉਹਨਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਦੱਸਦੇ ਹੋ ਵੀ ਸਾਡੇ ਨਾਲ ਜਿਹੜੇ ਤੀਜੇ ਸਾਡੇ ਅੱਜ ਮਹਿਮਾਨ ਨੇ ਅਵਤਾਰ ਸਿੰਘ ਜੀ, ਇਹ ਮਹੀਨਾ ਕੁ ਪਹਿਲਾਂ ਜੀ ਇੰਡੀਆ ਤੋਂ ਆਏ ਨੇ ਜੀ, ਅਤੇ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਆਪਾਂ ਰਲ ਮਿਲ ਕੇ ਕਰਨਾ, ਬਿਲਕੁਲ ਜੀ, ਉਸ ਦੇ ਵਿੱਚ ਆਪਾਂ ਥੋੜੀ ਜਿਹੀ ਝਾਤ ਇੰਡੀਆ ਦੇ ਬਾਰੇ, ਪੰਜਾਬ ਦੀ ਇਲੈਕਸ਼ਨ ਜਿਵੇਂ ਜੀ ਉਹਨਾਂ ਦੇ ਬਾਰੇ ਮਾਰਾਂਗੇ ਜੀ, ਅਤੇ ਨਾਲ ਦੀ ਨਾਲ ਮੈਂ ਤੁਹਾਡਾ ਫਿਰ ਇੱਕ ਵਾਰ ਤਹਿ ਦਿਲੋਂ ਧੰਨਵਾਦ ਹਾਂ ਕਿ ਤੁਸੀਂ ਮੈਨੂੰ ਇਸ ਦੇ ਉੱਤੇ ਬਹੁਤ ਸਾਂਝੀ ਦਾ ਜਿਨ੍ਹਾਂ ਨੇ ਮੈਨੂੰ ਵਕਤ ਦਿੱਤਾ ਕਿ ਤੁਹਾਡੇ ਨਾਲ ਵਕਤ ਸਾਂਝਾ ਕਰ ਸਕਾਂ। ਦੇਖੋ ਜੀ, ਇਹ ਤਾਂ ਸਾਡੀ ਖੁਸ਼ਨਸੀਬੀ ਹੈ, ਸਾਡੇ ਦਰਸ਼ਕਾਂ ਦੀ ਖੁਸ਼ਨਸੀਬੀ ਹੈ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹੋ। ਔਰ ਖਾਸ ਕਰਕੇ ਆ ਮਹਿਮਾਨ ਜਿਹੜੇ ਸਾਡੇ ਨੇ ਅਵਤਾਰ ਸਿੰਘ ਜੀ, ਜਿਹੜੇ ਹੁਣੇ ਇੰਡੀਆ ਤੋਂ ਆਏ ਨੇ, ਔਰ ਇਸ ਟਾਈਮ ਜਿਹੜੀ ਬਹੁਤ ਭਖਵਾਂ ਜਿਹੜਾ ਇੱਕ ਮਾਹੌਲ ਉੱਥੇ ਦਾ ਕਿ ਹਰ ਪਾਸੇ ਆਪੋ ਆਪਣੀ ਪਾਰਟੀ ਨੂੰ ਜਿਤਾਉਣ 'ਤੇ ਪੂਰਾ ਜ਼ੋਰ ਲਾਇਆ ਹੋਇਆ ਹਰ ਇੱਕ ਕੈਂਡੀਡੇਟ ਨੇ ਕਿ ਸਾਡੀ ਪਾਰਟੀ ਹੀ ਜਿੱਤੇਗੀ, ਔਰ ਇੱਕ ਜਿਹੜਾ ਇੰਨਾ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਉੱਥੇ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਜੀ। ਅਵਤਾਰ ਜੀ, ਜੀ ਆਇਆਂ ਨੂੰ ਸਭ ਤੋਂ ਪਹਿਲਾਂ ਜੀ ਸਾਡੇ ਸਟੂਡੀਓ ਵਿੱਚ ਤੁਹਾਡਾ ਥੈਂਕ ਯੂ ਜੀ, ਧੰਨਵਾਦ ਜੀ। ਤੁਸੀਂ ਹੁਣੇ ਇੰਡੀਆ ਤੋਂ ਆਏ ਹੋ, ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ ਉੱਥੇ ਦੀ ਇਸ ਟਾਈਮ ਜੋ ਪੋਜੀਸ਼ਨ ਚੱਲ ਰਹੀ ਆ ਇੰਡੀਆ ਦੇ ਵਿੱਚ, ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਤੋਂ ਬਾਅਦ ਯੂਪੀ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ, ਔਰ ਇਸ ਟਾਈਮ ਜਿਹੜੀ ਸਾਰੇ ਇੰਡੀਆ ਦੀ ਕੀ ਸਾਰੇ ਵਰਲਡ ਦੀ ਨਿਗਾਹ, ਜਿੱਥੇ ਜਿੱਥੇ ਵੀ ਆਪਣੇ ਪੰਜਾਬੀ ਭਰਾ ਬੈਠੇ ਨੇ ਸਾਰਿਆਂ ਦੀ ਨਿਗਾਹ ਜਿਹੜੀ ਉਹ ਪੰਜਾਬ ਦੀਆਂ ਇਲੈਕਸ਼ਨਾਂ 'ਤੇ ਲੱਗੀ ਹੋਈ ਹੈ। ਸੋ ਤੁਸੀਂ ਹੁਣੇ ਹੀ ਆਏ ਹੋ, ਹਾਂਜੀ, ਔਰ ਤੁਹਾਡੇ ਹਿਸਾਬ ਨਾਲ ਉੱਥੇ ਕੀ ਪੋਜੀਸ਼ਨ ਹੈ ਜੀ, ਕਿੱਦਾਂ ਦਾ ਮਾਹੌਲ ਆ ਉੱਥੇ ਦਾ ਇਲੈਕਸ਼ਨ ਦਾ? ਉੱਥੇ ਮਾਹੌਲ ਪੂਰਾ ਭਖਿਆ ਹੋਇਆ ਜੀ। ਅੱਛਾ ਜੀ, ਪੂਰਾ ਗਰਮੋ ਗਰਮੀ ਆ ਜੀ, ਅਤੇ ਠੰਡ ਹੋਣ ਦੇ ਕਾਰਨ ਵੀ ਗਰਮੋ ਗਰਮੀ ਹੋਇਆ ਪਿਆ ਕੰਮ, ਯਾਨੀ ਕਿ ਠੰਡ ਵਿੱਚ ਵੀ ਪੂਰੇ ਪਸੀਨੇ ਛੁੱਟਦੇ ਆ ਹਰੇਕ ਕੈਂਡੀਡੇਟ ਨੂੰ ਜੀ, ਹਰੇਕ ਪਾਰਟੀ ਜੀ, ਤਿੰਨੋਂ ਪਾਰਟੀਆਂ ਦੇ ਵਿੱਚ ਪੂਰੀ ਫਸਵੀਂ ਟੱਕਰ ਜਿਹਨੂੰ ਕਹਿ ਸਕਦੇ ਹਾਂ ਜੀ, ਉਹ ਚੱਲ ਰਹੀ ਹੈ। ਜਿਵੇਂ ਕਿ ਕਹਿੰਦੇ ਨੇ ਜਿੰਨਾ ਚਿਰ ਕੋਈ ਹਾਰਦਾ ਨਹੀਂ ਉਨਾ ਚਿਰ ਜਿੱਤੇ ਹੀ ਹੁੰਦਾ ਜੀ, ਉਹਨਾਂ ਚਿਰ ਜਿੱਤੇ ਹੋਏ, ਅਤੇ ਹਰ ਇੱਕ ਬੰਦਾ ਜਿਹੜਾ ਆਪਣਾ ਜਿਵੇਂ ਆਪਾਂ ਇੱਥੇ ਬੈਠ ਕੇ ਵੀ ਹੁਣ ਕਿਹੜਾ, ਜਿਵੇਂ ਕਹਿੰਦੇ ਨੇ ਵੀ ਤੁਸੀਂ ਮਹੀਨਾ ਪਹਿਲਾਂ ਆਏ ਹੋ ਜੀ, ਪਰ ਜਿਹੜਾ ਅੱਜ ਦਾ ਯੁੱਗ ਹੈ ਜੀ, ਉਹ ਤੁਹਾਨੂੰ ਇੰਡੀਆ ਜਾਣ ਦੀ ਲੋੜ ਵੀ ਨਹੀਂ, ਅਤੇ ਫੇਸਬੁੱਕ ਦੇ ਜ਼ਰੀਏ ਜਾਂ ਹੋਰ ਖਬਰਾਂ ਦੇ ਜ਼ਰੀਏ, ਕਿਉਂਕਿ ਖਬਰਾਂ ਤਾਂ ਮੀਡੀਆ ਇੱਧਰ ਉੱਧਰ ਵੀ ਦੇ ਸਕਦਾ, ਪਰ ਜਿਹੜੀ ਫੇਸਬੁੱਕ ਹੈ ਉਹ ਤੁਹਾਨੂੰ ਬਹੁਤ ਕਲੋਜ਼ ਲਿਆ ਰਹੀ ਹੈ, ਉਹ ਨਾਲ ਸਾਨੂੰ ਜਿਹੜੀ ਮੌਜੂਦਾ ਹਾਲਤ ਨੇ ਉੱਥੇ ਦੇ ਉਹ ਸਵੇਰੇ ਉੱਠਦਿਆਂ ਨੂੰ ਪਤਾ ਲੱਗ ਜਾਂਦਾ, ਅਤੇ ਨਾਲ ਦੀ ਨਾਲ ਜਿਹੜਾ ਗੁਰਪ੍ਰੀਤ ਜੀ ਬਾਈ ਜੀ ਉਹਨਾਂ ਤੋਂ ਹਟ ਕੇ ਵੀ ਹੈ ਵੀ ਆਪਣੇ NRIs ਜਿਹੜਾ ਇਸ ਟਾਈਮ ਇਸ ਇਲੈਕਸ਼ਨ ਦੇ ਉੱਤੇ ਇੱਕ ਅਹਿਮ ਭੂਮਿਕਾ ਨਿਭਾਉਣ ਲਈ ਉੱਥੇ ਗਏ ਹੋਏ ਨੇ, ਅਤੇ ਉਹ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਕੈਂਡੀਡੇਟ ਨੂੰ ਸਪੋਰਟ ਕਰਨ ਲਈ ਗਏ ਹੋਏ ਨੇ, ਅਤੇ ਉਹਨਾਂ ਦਾ ਯੋਗਦਾਨ ਕਿੰਨੀ ਕੁ ਅਹਿਮੀਅਤ ਰੱਖਦਾ ਉੱਥੇ, ਉਸ ਦੇ ਬਾਰੇ ਵੀ ਸੋਚਣ ਦੀ ਗੱਲ ਹੈ ਜੀ। ਜੀ ਮੰਗ ਸਾਹਿਬ ਕਹਿੰਦੇ ਆ ਕਿ ਕੋਈ ਵੀ ਬਿਜ਼ਨਸ ਨੂੰ ਸ਼ੁਰੂ ਕਰਨਾ ਹੋਵੇ ਜੀ, ਉਸਦੇ ਪਿੱਛੇ ਬਹੁਤ ਘਾਲਣਾਂ ਘਾਲਣੀਆਂ ਪੈਂਦੀਆਂ ਨੇ ਜੀ। ਸਕਸੈਸ ਜਿਹੜੀ ਆ ਆਪਾਂ ਦੇਖਦੇ ਹਾਂ ਕਿ ਹਾਂਜੀ ਹਾਏ ਆਹ ਬੰਦਾ ਅੱਜ ਦੀ ਡੇਟ ਦੇ ਵਿੱਚ ਇੰਨਾ ਮਿਲੀਅਨਰ ਆ ਜਾਂ ਬਿਲੀਅਨਰ ਆ ਜਾਂ ਆਹ ਬੰਦੇ ਕੋਲ ਆਹ ਵੀ ਚੀਜ਼ ਆ, ਆਪਾਂ ਉਸਦੀ ਸਕਸੈਸ ਨੂੰ ਦੇਖਦੇ ਹਾਂ, ਪਰ ਉਸਦੇ ਪਿੱਛੇ ਜਿਹੜੀ ਮਿਹਨਤ ਕੀਤੀ ਹੁੰਦੀ ਆ ਉਹ ਨਹੀਂ ਆਪਾਂ ਨੂੰ ਪਤਾ ਹੁੰਦਾ ਵੀ ਇਸ ਬੰਦੇ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕੀ ਕੁਛ ਕੀਤਾ ਹੁੰਦਾ। ਯੂਨਾਈਟਿਡ ਗਰੁੱਪ ਆਫ ਕੰਪਨੀ ਅੱਜ ਦੀ ਡੇਟ ਦੇ ਵਿੱਚ ਮੰਨੀਆਂ ਪ੍ਰਮੰਨੀਆਂ ਕੰਪਨੀਆਂ ਵਿੱਚੋਂ ਆਪਣੇ ਭਾਈਚਾਰੇ ਦੇ ਵਿੱਚੋਂ ਇੱਕ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਤੁਹਾਡੀ ਜੀ ਤੋੜ ਮਿਹਨਤ, ਤੁਸੀਂ ਕੀ ਕੀ ਘਾਲਣਾ ਘਾਲੀਆਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ, ਉਸ 'ਤੇ ਥੋੜ੍ਹੀ ਜਿਹੀ ਸਾਡੇ ਨਾਲ ਚਾਨਣਾ ਪਾਓ, ਤਾਂ ਕਿ ਜਿੰਨੇ ਸਾਡੇ ਜਿਵੇਂ ਹੁਣ ਨਵੇਂ ਸਟੂਡੈਂਟਸ ਜਿਹੜੇ ਨੇ, ਨਿਊ ਕਮਰਸ ਨੇ, ਨਵੇਂ ਜਿਹੜੇ ਜਿਹਨਾਂ ਦੇ ਖਾਬ ਹੀ ਹੁੰਦੇ ਨੇ ਇੱਕ ਵੀ ਅਸੀਂ ਇਸ ਆਪਣੀ ਮੰਜ਼ਿਲ ਤੱਕ ਪਹੁੰਚਣਾ, ਉਹਨਾਂ ਲਈ ਤੁਸੀਂ ਇੱਕ ਮਿਸਾਲ। ਇਹ ਜੀ ਗੱਲ ਜਿਵੇਂ ਤੁਸੀਂ ਕਹਿੰਦੇ ਵੀ ਆਪਣੇ ਭਾਈਚਾਰੇ ਦੀ ਹੈ, ਮੈਨੂੰ ਇਹ ਲੱਗਦਾ ਵੀ ਹਰ ਇੱਕ ਘਾਲਣਾ ਦੇ ਜਿਹੜੀ ਮੇਰੇ ਵਰਗੇ ਲੋਕਾਂ ਨੇ ਉੱਠ ਕੇ
ਟਰੱਕਿੰਗ ਦੇ ਵਿੱਚ ਜਾਂ ਹੋਰ ਕਿਸੇ ਲਹਿਦਾ ਲਹਿਦਾ ਹਰ ਇੱਕ ਦਾ ਕੋਈ ਨਾ ਕੋਈ ਯੋਗਦਾਨ ਡਿਫਰੈਂਟ ਹੋ ਸਕਦਾ, ਪਰ ਮੇਰੀ ਜਿਹੜੀ ਯੋਗਦਾਨ ਹੈ ਉਸ ਦੇ ਵਿੱਚ ਏਜੰਸੀ ਤੋਂ ਲੱਗ ਕੇ, ਟਰੱਕ ਡਰਾਈਵਿੰਗ ਸਕੂਲ ਤੋਂ ਲੱਗ ਕੇ, ਟਰਾਂਸਪੋਰਟ ਤੱਕ ਲੱਗ ਕੇ ਜਿੱਡਾ ਸਹਿਯੋਗ ਮੇਰੇ ਭਾਈਚਾਰੇ ਦਾ, ਜਿੰਨਾ ਮੇਰੇ ਲੋਕਾਂ ਦਾ ਸਹਿਯੋਗ ਹੈ, ਉਨਾ ਸ਼ਾਇਦ ਮੇਰਾ ਬਿਨਾਂ ਹੋਵੇ। ਕਿਉਂਕਿ ਜਦੋਂ ਆਪਾਂ ਕੋਈ ਵੀ ਗੁਰਪ੍ਰੀਤ ਜੀ ਘਰ ਖੜ੍ਹਾ ਕਰਦੇ ਹਾਂ, ਜਿਵੇਂ ਹੁਣ ਕੰਧਾਂ ਨੇ, ਕੰਧਾਂ ਨੂੰ ਆਪਾਂ ਪਲਾਸਟਰ ਵੀ ਕਰਦੇ ਹਾਂ, ਪੇਂਟ ਵੀ ਕਰਦੇ ਹਾਂ, ਪਰ ਜਿਹੜੀਆਂ ਇੱਟਾਂ ਆਪਾਂ ਨਿਓ 'ਚ ਸੁੱਟ ਦਿੰਦੇ ਹਾਂ, ਕਈ ਵਾਰੀ ਉਹਨਾਂ ਦਾ ਬਰਨਰ ਨਹੀਂ ਹੁੰਦਾ, ਉਹਨਾਂ ਨੂੰ ਆਪਾਂ ਸੋਚਦੇ ਨਹੀਂ, ਪਰ ਜਿਹੜੇ ਲੋਕ ਇੱਕ ਆਪਣੇ ਬਿਜ਼ਨਸ ਦੇ ਉੱਤੇ ਬਿਲੀਵ ਕਰਨਾ, ਲੋਕਾਂ ਨੇ ਤੁਹਾਡੇ ਉੱਤੇ ਬਿਲੀਵ ਕਰਨਾ, ਹੁਣ ਜਿਹੜੀ ਟਰਾਂਸਪੋਰਟ ਵੀ ਹੈ, ਚਾਹੇ ਮੇਰੀ ਨਹੀਂ ਕਿਸੇ ਦੀ ਵੀ ਟਰਾਂਸਪੋਰਟ ਹੋਵੇ, ਜਿਹਨੂੰ 3 ਵਜੇ ਉੱਠ ਕੇ ਡਰਾਈਵਰ ਫੋਰਸ ਹੈ, ਉਹ 3 ਵਜੇ ਸਾਜਰੇ ਉੱਠ ਕੇ ਕੰਮ ਕਰਨ ਲਈ ਜਾਂਦੀ ਆ, ਓਨਰ ਮੈਨੂੰ ਲੱਗਦਾ ਉਸ ਟਾਈਮ ਘਰੇ ਸੁੱਤਾ ਪਿਆ ਹੁੰਦਾ, ਉਹਨਾਂ ਦਾ ਜਿੱਡਾ ਵੱਡਾ ਯੋਗਦਾਨ ਹੁੰਦਾ ਹੈ, ਐਸੋਸੀਏਟ ਦਾ ਜਿਹੜੇ ਤੁਹਾਡੇ ਪਿੱਲਰ ਹੁੰਦੇ ਨੇ, ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਕਿ ਉਹ ਤੁਹਾਡੇ ਟਰੱਸਟ ਕਰਦੇ ਨੇ ਕਿ ਤੁਸੀਂ ਕਾਮਯਾਬ ਹੋਵੋਗੇ, ਤੁਹਾਡੇ ਨਾਲ ਉਹਨਾਂ ਦਾ ਰੁਜ਼ਗਾਰ ਚੱਲਦਾ। ਅਤੇ ਇਹ ਮੈਂ ਸਭ ਤੋਂ ਵੱਡਾ ਜਿਹੜਾ ਹੈਗਾ, ਕਈ ਵਾਰੀ ਕਹਿ ਦਿੰਦੇ ਹਾਂ ਵੀ ਅਸੀਂ ਤਾਂ ਜੀ ਆਪਣੀ ਕਮਿਊਨਿਟੀ ਨਾਲ ਡੀਲ ਕਰਕੇ ਨਹੀਂ ਖੁਸ਼, ਅਸੀਂ ਤਾਂ ਆਏ ਹਾਂ। ਤੁਸੀਂ ਆਪਣੀ ਕਮਿਊਨਿਟੀ ਤੋਂ ਬਿਨਾਂ ਇਸ ਇਲਾਕੇ ਦੇ ਵਿੱਚ ਸਕਸੈਸ ਹੋਣ ਬਾਰੇ ਜੇ ਸੋਚਦੇ ਹੋ ਤਾਂ ਮੈਨੂੰ ਲੱਗਦਾ ਮੁਸ਼ਕਲ ਹੋਊਗਾ, ਨਾਮੁਮਕਿਨ ਕੋਈ ਚੀਜ਼ ਨਹੀਂ ਹੁੰਦੀ। ਪਰ ਮੈਨੂੰ ਜਿੰਨਾ ਸਿਖਾਲਾ ਮੇਰੀ ਕਮਿਊਨਿਟੀ ਨੇ ਇਸ ਫੀਲਡ ਦੇ ਵਿੱਚ ਬਣਾਇਆ, ਅਤੇ ਮੈਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦਾ ਜੀ। ਥੈਂਕ ਯੂ ਜੀ, ਤੁਹਾਡਾ ਵਡੱਪਣ ਆ ਜੀ ਕਿ ਤੁਸੀਂ ਸਭ ਨੂੰ ਨਾਲ ਲੈ ਕੇ, ਖਾਸ ਕਰਕੇ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਦੇ ਹੋ, ਔਰ ਨਾਲ ਦੀ ਨਾਲ ਆਪਣੇ ਜਿਹੜੇ ਬਿਜ਼ਨਸ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਜਿਹੜੇ ਖਾਸ ਬਿਜ਼ਨਸ ਦੇ ਵਿੱਚ, ਯਾਨੀ ਕਿ ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਦੇ ਵਿੱਚ ਲੋਡ ਜਿਹੜੇ, ਜਿਵੇਂ ਆਪਾਂ ਹੁਣ ਆਪਣੀ ਭਾਈਚਾਰੇ ਦੇ ਵਿੱਚ ਆਲਮੋਸਟ 80% ਲੋਕ ਜਿਹੜੇ ਨੇ ਉਹ ਟਰੱਕ ਡਰਾਈਵਿੰਗ ਔਰ ਟਰੱਕ ਇੰਡਸਟਰੀ ਨਾਲ ਸੰਬੰਧਿਤ ਹੈ, ਆਪਣੇ ਲੋਡ ਕਿਹੜੇ ਕਿਹੜੇ ਏਰੀਏ ਦੇ ਵਿੱਚ ਖਾਸ ਕਰਕੇ ਜਾਂਦੇ ਆ? ਜਿਹੜਾ ਸਾਡਾ ਜੀ ਹੈਗਾ, ਸਾਡਾ ਮੋਸਟਲੀ ਵੀ ਆਰ ਵਿਦ ਲਾਭਲਾਸ ਜੀ, ਜਿਵੇਂ ਵਾਲਮਾਰਟ ਅਤੇ ਹੋਰ ਜਿਹੜੇ ਹੈਗੇ ਨੇ ਡਿਸਟ੍ਰੀਬਿਊਸ਼ਨ ਜਿਹੜੇ ਸੈਂਟਰ ਨੇ, ਉਹਨਾਂ ਦੇ ਨਾਲ ਅਸੀਂ ਜਿਹੜੀ ਰੀਟੇਲ ਦੀ ਜਿਹੜੀ ਡਿਲੀਵਰੀ ਆ ਉਹ ਅਸੀਂ ਕਰਦੇ ਹਾਂ। ਕੈਨੇਡਾ ਪੋਸਟ ਹੈ ਜੀ ਉਹਨਾਂ ਦੇ ਨਾਲ, ਅਤੇ ਹੁਣ ਵੱਖ ਵੱਖ ਖੇਤਰਾਂ ਦੇ ਵਿੱਚ ਹੋਰ ਜਿਉਂ ਜਿਉਂ ਕੰਪਨੀ ਦਾ ਨਾਂ ਬਣਦਾ ਤਾਂ ਵਧੀਆ ਵਧੀਆ ਕੰਪਨੀਆਂ ਤੁਹਾਡੇ ਨਾਲ ਜੁੜੀ ਜਾਂਦੀਆਂ ਨੇ, ਅਤੇ ਨਾਲ ਦੀ ਨਾਲ ਇਸ ਦੇ ਵਿੱਚ ਇੱਕ ਟੀਮ ਦਾ ਸਹਿਯੋਗ ਬਹੁਤ ਹੁੰਦਾ। ਤੁਸੀਂ ਵਧੀਆ ਟੀਮ ਕਿਸੇ ਵੀ ਫੀਲਡ ਦੇ ਵਿੱਚ ਗੁਰਪ੍ਰੀਤ ਬਿਲਡ ਕਰ ਲਵੋ, ਟੀਵੀ ਚੈਨਲਾਂ ਦੇ ਉੱਤੇ ਲਾ ਲਓ, ਤੁਸੀਂ ਵੋਟਾਂ ਦੇ ਵਿੱਚ ਲਾ ਲਓ ਜੀ, ਤੁਸੀਂ ਕਿਸੇ ਬਿਜ਼ਨਸ ਦੇ ਵਿੱਚ ਲਾ ਲਓ, ਜਦੋਂ ਤੁਸੀਂ ਇੱਕ ਵਧੀਆ ਟੀਮ ਬਿਲਡ ਕਰ ਲਈ ਬਿਲਕੁਲ, ਅਤੇ ਤੁਸੀਂ ਇੱਕ ਦੂਜੇ 'ਤੇ ਟਰੱਸਟ ਕਰਦੇ ਹੋ, ਇੱਕ ਦੂਜੇ ਤੋਂ ਮੂਹਰੇ ਕੰਮ ਹੋ ਕੇ ਕਰਨ ਵਾਲੇ, ਮੈਨੂੰ ਲੱਗਦਾ ਵੀ ਕੋਈ ਵੀ ਮੰਜ਼ਿਲ ਆ ਜਿਹੜੀ ਉਹ ਦੂਰ ਨਹੀਂ ਹੁੰਦੀ, ਦੂਰ ਨਹੀਂ। ਤੁਸੀਂ ਉਸ ਨੂੰ ਇੱਕ ਅਪਣਾਉਣਾ ਅਤੇ ਉਸ ਦੇ ਉੱਤੇ ਵਰਕ ਕਰਨਾ ਜ਼ਰੂਰੀ ਆ। ਮਿਹਨਤ ਹਰ ਇੱਕ ਚੀਜ਼ ਮੰਗਦੀ ਆ, ਪਰ ਮਿਹਨਤ ਦੇ ਨਾਲ ਨਾਲ ਇਸ ਦੇ ਵਿੱਚ ਜਿਹੜੀ ਸਭ ਨੂੰ ਵੱਡੀ ਹੈ ਮੇਰੇ ਪਰਿਵਾਰ ਦਾ, ਮੇਰੇ ਭਰਾ ਅਵਤਾਰ ਸਿੰਘ ਮਾਂਗੜ ਦਾ, ਵਾਜਵਾ ਸਾਹਿਬ ਦਾ ਬੜਾ ਵੱਡਾ ਯੋਗਦਾਨ ਹੈ ਕਿ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਨੂੰ ਇੱਕ ਹਲਾਰਾ ਮਾਰਿਆ ਅਤੇ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਇੱਥੇ ਪਹੁੰਚੇ ਜੀ। ਆਪਣੀ ਜੀ ਕੰਪਨੀ ਦੇ ਵਿੱਚ ਕੁੱਲ ਹੁਣ ਤੱਕ ਕਿੰਨੇ ਟਰੱਕ ਆਪਣੇ ਓਨ ਕਰਦੇ ਆ, ਕੰਪਨੀ ਓਨ ਕਰਦੀ? ਉਹਦੇ ਵਿੱਚ ਜੀ ਨੰਬਰਸ ਜਿਹੜੇ ਹੈਗੇ ਆ, ਹੁਣ ਵਿਦ ਬ੍ਰੋਕਰਸ ਕੰਪਨੀ ਟਰੱਕਸ ਜਿਹੜੇ ਹੈਗੇ ਨੇ ਉਹ 300 ਦੇ ਕਰੀਬ ਹੈ ਜੀ, ਅਤੇ ਉਸ ਦੇ ਨਾਲ ਨਾਲ ਜਿਹੜੇ ਇੰਪਲੋਈਜ਼ ਨੇ 350-400 ਦੇ ਜੀ, ਪਾਰਟ ਟਾਈਮ ਫੁੱਲ ਟਾਈਮ ਇੰਪਲੋਈਜ਼ ਨੇ, ਅਤੇ ਅਸੀਂ ਕਾਫੀ ਜਿਹੜੀ ਹੈਗੀ ਆ ਇਹ 2017 ਦੇ ਵਿੱਚ ਕਾਫੀ ਕੰਪਨੀ ਨੇ ਤਰੱਕੀ ਕੀਤੀ ਹੈ। ਬਿਲਕੁਲ ਜੀ, ਅਸੀਂ ਇਹੀ ਆਸ ਕਰਦੇ ਹਾਂ ਅੱਗੇ ਚੱਲ ਕੇ ਵੀ ਸਾਡੇ ਦਰਸ਼ਕ ਵੀ, ਕਿ ਤੁਸੀਂ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੋ, ਹੋਰ ਵਧੋ ਫੁੱਲੋ, ਕਿਉਂਕਿ ਦੇਖੋ ਜੋ ਆਪਣਾ ਭਾਈ ਕਹਿੰਦੇ ਆ ਕਿ ਇੱਕ ਮੰਜ਼ਿਲ 'ਤੇ ਪਹੁੰਚਦਾ, ਉਸ ਨਾਲ ਆਸਾਂ ਵਧੀਆਂ ਜਾਂਦੀਆਂ ਨੇ ਬਾਕੀ ਕਮਿਊਨਿਟੀ ਦੀਆਂ ਵੀ, ਕਿ ਹਾਂਜੀ, ਕਿਉਂਕਿ ਦੇਖੋ ਜੀ ਜਿੰਨੇ ਪਿੱਲਰ ਸਟਰੋਂਗ ਹੋਣਗੇ ਆਪਣੀ ਕਮਿਊਨਿਟੀ ਦੇ, ਉਨੀ ਆਪਣੀ ਕਮਿਊਨਿਟੀ ਵੀ ਸਟਰੋਂਗ ਮੰਨੀ ਜਾਊਗੀ, ਕਿਉਂਕਿ ਇਹਦੇ ਪਿੱਲਰਾਂ 'ਤੇ ਬਿਲਡਿੰਗ ਨੇ ਖੜੀ ਹੋਣਾ ਜੀ। ਔਰ ਮਾਂਗੜ ਸਾਹਿਬ ਵਰਗੇ ਬਿਜ਼ਨਸਮੈਨ ਜਿਹੜੇ ਨੇ ਉਹ ਸਾਡੀ ਕਮਿਊਨਿਟੀ ਦੇ ਪਿੱਲਰ ਹੁੰਦੇ ਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਪਣੀ ਜਿਹੜੀ ਕੰਪਨੀ ਯੂਨਾਈਟਿਡ ਗਰੁੱਪ ਆਫ ਕੰਪਨੀ ਦੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ। ਅਵਤਾਰ ਜੀ, ਥੋੜ੍ਹੀ ਜਿਹੀ ਜਾਣਕਾਰੀ ਦਿਓ ਜੀ ਹੋਰ ਵੀ ਇੰਡੀਆ ਪੰਜਾਬ ਬਾਰੇ, ਕਿ ਉੱਥੇ ਹੁਣ ਤ੍ਰਿਕੋਣਾ ਮੁਕਾਬਲਾ ਬਿਲਕੁਲ ਹੈ ਨਾ ਜੀ, ਆਮ ਆਦਮੀ ਪਾਰਟੀ, ਕਾਂਗਰਸ ਔਰ ਜਿਹੜੀ ਤੀਜੀ ਧਿਰ ਅਕਾਲੀ ਦਲ ਆ, ਤੁਹਾਨੂੰ ਕੀ ਲੱਗਦਾ ਵਾ? ਕਿਉਂਕਿ ਪਹਿਲਾਂ ਤਾਂ ਦੋਨੇ ਪਾਰਟੀਆਂ ਜਿਹੜੀਆਂ ਜੱਦੀ ਪਾਰਟੀਆਂ ਆਪਣੀਆਂ, ਅਕਾਲੀ ਦਲ ਔਰ ਕਾਂਗਰਸ, ਉਹ ਆਮ ਆਦਮੀ ਪਾਰਟੀ ਨੂੰ ਤਾਂ ਉਹ ਵਿਰੋਧੀ ਸਮਝਦੀ ਨਹੀਂ ਸੀ, ਉਹ ਕਹਿੰਦੇ ਸਾਡੇ ਮੁਕਾਬਲੇ 'ਚ ਹੈ ਹੀ ਨਹੀਂ ਕਿਸੇ ਪਾਸੇ, ਠੀਕ ਹੈ, ਹੁਣ ਤੱਕ ਤਾਂ ਇਹੀ ਮੰਨਦੇ ਆਏ ਸੀ ਬਿਲਕੁਲ। ਪਰ ਅੱਜ ਦੀ ਡੇਟ ਦੇ ਵਿੱਚ ਜੋ ਸਿਨੈਰੀਓ ਆ ਰਹੇ ਨੇ ਜਾਂ ਜੋ ਐਨਾਲਾਈਜ਼ ਕੀਤੇ ਜਾ ਰਹੇ ਨੇ, ਠੀਕ ਹੈ, ਤੁਹਾਡਾ ਕੀ ਵਿਚਾਰ ਆ ਉਸ 'ਤੇ ਕਿ ਕੀ ਟੱਕਰ 'ਚ ਹੁਣ ਇਸ ਟਾਈਮ ਮੇਨ ਟੱਕਰ ਕਿੰਨਾ ਦੋ ਪਾਰਟੀਆਂ ਜਾਂ ਤਿੰਨਾਂ ਪਾਰਟੀਆਂ ਦੀ ਹੈ, ਕੀ ਤਿੰਨਾਂ ਦੀ ਤ੍ਰਿਕੋਣੀ ਟੱਕਰ ਹੈ? ਤਿੰਨਾਂ ਦੀ ਤ੍ਰਿਕੋਣੀ ਟੱਕਰ ਹੈ, ਅੱਛਾ ਜੀ। ਇੱਕ ਮੈਂ ਤੁਹਾਨੂੰ ਉਤਾਰ ਜੀ ਇਹ ਗੱਲ ਪੁੱਛਦਾ ਹੈ ਵੀ ਇੱਕ ਆਪਾਂ ਵੋਟਾਂ ਨੂੰ ਇੱਥੇ ਜਿਵੇਂ ਹੁਣ ਅਸੀਂ
ਦੱਸਦੀ ਵੀ ਸਾਡੀਆਂ ਸਰਕਾਰਾਂ ਤੋਂ ਸਾਨੂੰ ਕੀ ਲਾਭ ਹੁੰਦੇ ਨੇ, ਇੰਡੀਵਿਜੁਅਲ ਲਾਅ ਐਂਡ ਆਰਡਰਸ ਹੋ ਗਏ, ਹੈਲਥ ਦਾ ਹੋ ਗਿਆ, ਹੋਰ ਹੋ ਗਿਆ ਜੀ। ਤੁਸੀਂ ਬਹੁਤ ਵੱਖ ਵਾ ਜਾਂਦੀ, ਆਪਣੀ ਸਾਰੀ ਉਮਰੇ ਪੰਜਾਬ ਦੇ ਵਿੱਚ ਕਰਤੀ, ਇੱਕ ਪਿੰਡ ਦੇ ਵਿੱਚ ਕਰਤੀ, ਕਿਸੇ ਪਾਰਟੀ ਨਾਲ ਸੰਬੰਧਿਤ ਵੀ ਰਹੇ ਹੋਗੇ, ਆਪਾਂ ਡਿਕਲੇਅਰ ਨਹੀਂ ਕਰਦੇ। ਇੱਕ ਆਮ ਆਦਮੀ ਨੂੰ ਇੱਕ ਸਰਕਾਰ ਤੱਕ ਕੀ ਮਤਲਬ ਹੈ, ਉੱਥੋਂ ਦੀ ਤੱਕ ਉਹਨੇ ਕੀ ਫਾਇਦੇ ਕੀਤੇ? ਇੰਡੀਵਿਜੁਅਲ ਤੁਸੀਂ ਲਾ ਲਓ, ਤੁਹਾਡਾ ਜੇ ਅਕਾਲੀ ਆਏ ਨੇ ਜਾਂ ਕਾਂਗਰਸ ਆਈ ਆ, ਉਹਦੇ ਵਿੱਚ ਕੀ ਡਿਫਰੈਂਟ ਹੋਇਆ ਵੀ ਅਕਾਲੀਆਂ ਨੇ ਸਾਨੂੰ ਆਹ ਦਿੱਤਾ, ਕਾਂਗਰਸ ਨੇ ਸਾਨੂੰ ਆਹ ਦਿੱਤਾ? ਜਾਂ ਤੁਹਾਨੂੰ ਲੱਗਦਾ ਵੀ ਦੋਵੇਂ ਸਰਕਾਰਾਂ ਜਿਹੜੀਆਂ ਹੁਣ ਤੱਕ ਰਹੀਆਂ ਨੇ ਉਹ ਸਾਨੂੰ ਪ੍ਰੋਪਰ ਸਰਵ ਨਹੀਂ ਕਰ ਸਕੀਆਂ, ਅਤੇ ਪੰਜਾਬ ਤੋਂ ਤੁਸੀਂ ਆਪਣਾ ਜਿਵੇਂ ਬਚਪਨ ਵੀ ਉੱਥੇ ਗੁਜ਼ਾਰਿਆ, ਜਵਾਨੀ ਦੇ ਵੀ ਪੜ ਉੱਥੇ, ਅਤੇ ਹੁਣ ਵੀ ਤੁਸੀਂ ਉਸ ਥਾਂ ਦੇ ਉੱਤੇ ਰਹਿ ਰਹੇ ਹੋ, ਠੀਕ ਹੈ, ਅਤੇ ਤੁਹਾਨੂੰ ਐਂ ਲੱਗਿਆ ਵੀ ਪੰਜਾਬ ਦੇ ਨਾਲ ਕੁਛ ਕਈ ਦਹਾਕੇ ਬਾਦਲ ਸਾਹਿਬ ਨੇ ਰਾਜ ਕੀਤਾ, ਕਾਂਗਰਸ ਨੇ ਵੀ ਰਾਜ ਕੀਤਾ, ਵੀ ਤੁਹਾਨੂੰ ਐਂ ਲੱਗਿਆ ਵੀ ਤੁਸੀਂ ਇਹ ਦੋਵੇਂ ਪਾਰਟੀਆਂ ਦੇ ਉੱਤੋਂ ਸੈਟਿਸਫਾਈ ਉਹਨਾਂ ਦੀ ਪਰਫੋਰਮੈਂਸ ਤੋਂ ਵੀ ਪੰਜਾਬ ਜਿੱਥੇ ਹੈਗਾ ਇੱਥੇ ਹੀ ਹੋਣਾ ਚਾਹੀਦਾ ਸੀ? ਚਲੋ ਦੇਖੋ, ਜਿਵੇਂ ਹੁਣ ਹੈ ਆਪਾਂ ਕਿਸੇ ਬਾਰੇ ਕੁਛ ਵੀ ਕਹਿਣ ਤੋਂ, ਜਿਵੇਂ ਇਹ ਜੀ, ਜਿਵੇਂ ਕਿ ਹੁਣ ਐਂ ਨਾ ਗੱਲ, ਇੱਥੇ ਆਪਣੇ ਜਿਹੜੇ ਲੋਕ ਨੇ, ਹਾਂਜੀ, ਅਸੀਂ ਬਹੁਤ ਸਿੱਧੇ, ਅਸੀਂ ਤਾਂ ਜੇ ਇੱਥੇ ਲਿਆ ਕੇ ਅੱਜ ਟੀ ਵੀ ਦੇ ਉੱਤੇ ਇੱਥੇ ਦੇ ਕਿਸੇ ਵੀ ਐਮ ਪੀ ਨੂੰ ਲੈ ਕੇ ਬਿਠਾਈਏ ਤਾਂ ਅਸੀਂ ਅੰਗਰੇਜ਼ ਨਹੀਂ ਕਰਦੇ ਉਹਨਾਂ ਨੂੰ ਇਹ ਪੁੱਛਣ ਦੇ ਉੱਤੋਂ, ਠੀਕ ਹੈ ਨਹੀਂ? ਤੁਹਾਨੂੰ ਇੱਦਾਂ ਲੱਗਦਾ ਹੈ ਵੀ ਉੱਥੇ ਦੀ ਜਿਹੜੀ ਇੱਕ ਆਪਣੀ ਪੋਲੀਟੀਕਲ ਪਾਰਟੀਆਂ ਨੇ, ਉਹ ਸਿਰਫ ਲੋਕਾਂ ਨੂੰ ਯੂਜ਼ ਕਰਦੀਆਂ ਨੇ ਵੋਟਾਂ ਲਈ, ਅਤੇ ਉਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਤੱਕ ਕੋਈ ਬੜਾ ਫਾਇਦਾ ਨਹੀਂ ਹੁੰਦਾ? ਨਹੀਂ, ਫਾਇਦਾ ਤਾਂ ਹੁਣ ਇੱਦਾਂ ਵੀ ਜਿਹੜੇ ਲੋਕਾਂ ਨੂੰ ਜਿੱਥੇ ਤੱਕ ਕੋਈ ਹੈਗਾ, ਮਤਲਬ ਜਿਵੇਂ ਗਰੀਬ ਵਰਗ ਹੋ ਗਿਆ, ਉਹਨਾਂ ਦੇ ਨੀਲੇ ਕਾਰਡ ਬਣ ਗਏ, ਪੀਲੇ ਕਾਰਡ ਬਣ ਗਏ, ਉਹ ਇੱਥੇ ਤੱਕ ਸੀਮਤ ਨੇ। ਹੁਣ ਵੀ ਕਹਿੰਦੇ ਨੇ ਜੀ ਵੀ 25 ਕਿਲੋ ਰੁਪਈਏ ਕਿਲੋ ਘਿਓ ਦੇ ਦੇਣਾ, 10 ਰੁਪਈਏ ਕਿਲੋ ਚੀਨੀ ਦੇ ਦੇਣੀ ਆ। ਅਸੀਂ ਕਦੋਂ ਤੱਕ ਲੋਕਾਂ ਨੂੰ ਭਿਖਾਰੀ ਬਣਾ ਕੇ ਉਹਨਾਂ ਦੀਆਂ ਕੱਛਾਂ ਦੇ ਵਿੱਚ ਫੋੜੀਆਂ ਦੇ ਕੇ ਉਹਨਾਂ ਨੂੰ ਪਿੰਗਲੇ ਬਣਾ ਕੇ ਵਰਤਦੇ ਰਹਾਂਗੇ? ਕੀ ਅਸੀਂ ਆਪਣੇ ਲੋਕਾਂ ਨੂੰ ਇਹੋ ਜਿਹਾ ਸਟਰੋਂਗ ਨਹੀਂ ਬਣਾ ਸਕਦੇ ਕਿ ਉਹਨਾਂ ਲਈ ਇਹੋ ਜਿਹਾ ਪੰਜਾਬ ਸਾਰੀਏ ਅਤੇ ਉਹਨਾਂ ਨੂੰ ਫਰੀ ਦਾਲ ਚੀਨੀ ਦੀ ਲੋੜ ਨਾ ਪਵੇ, ਅਤੇ ਉਹ ਆਪਣੇ ਆਪ ਨੂੰ ਇਹ ਉਹਨਾਂ ਨੂੰ ਗਰੀਬੀ ਦਾ ਆਪਣੇ ਆਪ ਦਾ ਅਹਿਸਾਸ ਨਾ ਹੋਵੇ, ਉਹਨਾਂ ਤੋਂ ਮੁਕਤ ਕਰਾ ਦਈਏ? ਇਹ ਕਦੇ ਆਪਾਂ ਨੇ ਕਦੇ ਪਿੰਡਾਂ ਦੇ ਵਿੱਚ ਰਹਿੰਦੇ ਇਹੋ ਜਿਹਾ ਕਦੇ ਸੁਪਨਾ ਲਿਆ ਵੀ ਕੋਈ ਇਹੋ ਜਿਹੀ ਸਰਕਾਰ ਆਵੇ ਜਿਹੜੀ ਫਰੀ ਨਾ ਕੁਛ ਦੇਵੇ ਪਰ ਲੋਕਾਂ ਕੋਲ ਇੰਨੀ ਕੁ ਪਾਵਰ ਦੇ ਦੇਵੇ ਵੀ ਉਹ ਇੱਥੇ ਤੁਸੀਂ ਹੁਣ ਆਏ ਹੋ, ਇੱਥੇ ਤੁਹਾਨੂੰ ਆਮ ਲੋਕਾਂ ਦੇ ਤੋਂ ਪਤਾ ਨਹੀਂ ਲੱਗੂ ਕੋਈ ਵੱਡਾ ਡਿਫਰੈਂਸ ਨਹੀਂ ਵੀ ਇਹਦੇ ਕੋਲ $1,000,000 ਆ ਜੀ, ਇਹਦੇ ਕੋਲ 10 ਰੁਪਈਏ, ਠੀਕ ਹੈ, ਇੱਥੇ ਲੋਕ ਬਰਾਬਰ ਨੇ, ਜਿਹੋ ਜਿਹੀ ਹੈਲਥ ਆ, ਜਿਹੋ ਜਿਹਾ ਕਾਨੂੰਨ ਆ, ਸਾਰਿਆਂ ਲਈ ਇੱਕ ਹੈ। ਕਦੇ ਇਹੋ ਜਿਹਾ ਸੁਪਨਾ ਨਹੀਂ ਲੈਂਦੇ ਵੀ ਪੰਜਾਬ ਸਾਡਾ ਇਹੋ ਜਿਹਾ ਹੋ ਜਾਵੇ? ਇਹ ਬਿਲਕੁਲ ਲੈਂਦੇ ਜੀ, ਹਰੇਕ ਬੰਦਾ ਉੱਪਰ ਉਚਾਈਆਂ ਦੇ ਵਿੱਚ ਪਹੁੰਚਣ ਤੱਕ। ਫਿਰ ਤੁਹਾਨੂੰ ਐਂ ਨਹੀਂ ਲੱਗਦਾ ਹੈਗਾ ਵੀ ਉੱਥੇ ਕਿਸੇ ਚੇਂਜ ਦੀ ਲੋੜ ਹੈ ਵੀ ਜੇ ਹੁਣ ਅੱਜ ਉੱਥੇ 47 ਤੋਂ ਲੱਗ ਕੇ ਹੁਣ ਤੱਕ ਸਾਨੂੰ ਅੱਜ ਵੀ ਦਾਲਾਂ ਆਟਾ ਫਰੀ ਦੇਣਾ ਪੈ ਰਿਹਾ, ਇਹਦਾ ਮਤਲਬ ਸਾਡੇ ਲੋਕ ਕਮਜ਼ੋਰ ਨੇ? ਬਿਲਕੁਲ, ਠੀਕ ਹੈ ਨਹੀਂ? ਜਿਹੜਾ ਅਮੀਰ ਆ ਉਹ ਅਮੀਰ ਬਹੁਤ ਹੈ, ਠੀਕ ਹੈ ਜੀ, ਅਤੇ ਇਸ ਕਰਕੇ ਵੀ ਜਿਹੜੀ ਆਉਣ ਵਾਲੀ ਜਿਵੇਂ ਹੁਣ ਗੁਰਪ੍ਰੀਤ ਆਪਾਂ ਗੱਲ ਕਰੀਏ ਵੀ ਜਿਹੜੀਆਂ ਸਰਕਾਰਾਂ ਨੇ ਉਹ ਠੀਕ ਹੈ ਵੀ ਇੰਨੀ ਛੇਤੀ ਕੋਈ ਵੀ ਜਿਹੜੀ ਆਪਣੀ ਕੰਟਰੀ ਹੈ ਕੋਈ ਵੀ ਸੂਬਾ ਉਹ ਇੰਨੀ ਛੇਤੀ ਤਾਂ ਨਹੀਂ ਤਰੱਕੀ ਕਰ ਸਕਦਾ, ਪਰ ਉਸ ਦੇ ਬਾਰੇ ਸੋਚੇ ਤਾਂ ਜਾ ਸਕਦਾ ਜੇ ਆਪਾਂ ਹਜੇ ਵੀ ਵੋਟਾਂ ਇਸੇ ਕਰਕੇ ਲੈਂਦੇ ਹਾਂ ਵੀ ਤੁਹਾਨੂੰ ਆਟਾ ਫਰੀ ਦੇਵਾਂਗੇ। ਜੀ ਦੇਵ ਸਾਹਿਬ, ਤੁਹਾਡੀ ਗੱਲ ਹੈ ਬਿਲਕੁਲ ਸਹੀ, ਸੋਰੀ ਮੈਂ ਤੁਹਾਨੂੰ ਵਿੱਚੋਂ ਇੰਟਰਪਟ ਕਰਦਾ ਕਿ ਆਪਾਂ ਨੇ ਇੱਕ ਸੋਚ ਉੱਥੇ ਤੱਕ ਬਣਾ ਚੁੱਕੀ ਹੈ ਸਰਕਾਰ ਕਿ ਅਸੀਂ ਸਿਰਫ ਤੁਹਾਨੂੰ ਆਟਾ ਦਾਲ ਸਕੀਮ, ਠੀਕ ਹੈ, ਅਸੀਂ ਇਸ ਤੋਂ ਉੱਪਰ ਉੱਠ ਕੇ ਨਹੀਂ ਸੋਚ ਸਕਦੇ ਵੀ ਸਾਨੂੰ ਸਿਰਫ ਆਟਾ ਦਾਲ ਹੀ ਚਾਹੀਦਾ, ਰਾਈਟ? ਇਹ ਤਾਂ ਤੁਹਾਡੀ ਗੱਲ ਬਿਲਕੁਲ ਇੱਥੇ 100% ਢੁਕਦੀ ਹੈ ਕਿ ਇਹ ਤਾਂ ਇੱਕ ਸਾਨੂੰ ਭਿਖਾਰੀ ਵੀ ਬਣਾ ਚੁੱਕੇ ਹੋ ਨਾ ਤੁਸੀਂ ਕਿ ਸਾਨੂੰ ਸਿਰਫ ਆਟਾ ਦਾਲ ਤੱਕ ਹੀ ਸੀਮਤ ਰੱਖਿਆ ਤੁਸੀਂ। ਉਹਨਾਂ ਦੀ ਜਿਵੇਂ ਕਹਿੰਦੇ ਨੇ ਵੀ ਉੱਥੇ ਨਾ ਜਦੋਂ ਗਰੀਬੀ ਖਤਮ ਕਰਨੀ ਆ ਸਾਨੂੰ ਐਜੂਕੇਸ਼ਨ ਦੇ ਤੌਰ ਦੇ ਉੱਤੇ ਸੋਚਣਾ ਪਊਗਾ, ਸਾਨੂੰ ਕੋਈ ਇਹੋ ਜਿਹੀਆਂ ਨੌਕਰੀਆਂ ਉੱਥੇ ਦੇਣੀਆਂ ਪੈਣਗੀਆਂ ਜਿਹਦੇ ਨਾਲ ਲੋਕ ਆਪਣੇ ਜਿਹੜਾ ਆਟਾ ਦਾਲ ਆ ਜਿਹੜਾ ਆਪਣੀ ਜ਼ਰੂਰੀ ਲੋੜਾਂ ਨੇ ਉਹਨਾਂ ਨੂੰ ਕਿਸੇ ਬਿਨਾਂ ਮਦਦ ਤੋਂ ਸਰਕਾਰੀ ਮਦਦ ਤੋਂ ਬਿਨਾਂ ਪੂਰੀਆਂ ਕਰ ਸਕਣ। ਬਿਲਕੁਲ, ਅਤੇ ਨਾਲ ਦੀ ਨਾਲ ਗੁਰਪ੍ਰੀਤ ਜੀ ਆਪਾਂ ਆਉਂਦੇ ਹਾਂ ਵੀ ਆਪਣੇ ਜਿਹੜੇ NRI ਵੀਰ ਇੱਥੋਂ ਜਾ ਰਹੇ ਨੇ ਵੀ ਉਹਨਾਂ ਨੂੰ ਕਿਹੜੀ ਲਾਲਚ ਹੋ ਸਕਦਾ ਹੈ ਵੀ ਅਸੀਂ ਆਪਣੇ ਪੰਜਾਬ ਨੂੰ ਇੰਨਾ ਸ਼ਿੱਦਤ ਦੇ ਨਾਲ ਇੰਨਾ ਪਿਆਰ ਕਰਦੇ ਹਾਂ ਤਾਂ ਜਾ ਰਹੇ ਹਾਂ ਜੀ, ਜਾਂ ਉਹਦੇ ਵਿੱਚ ਕਈ ਅਸੀਂ ਇਸ ਚੀਜ਼ ਦੇ ਉੱਤੇ ਕਰਦੇ ਹਾਂ ਵੀ ਅਸੀਂ ਲੀਡਰ ਬਣਨਾ ਚਾਹੁੰਦੇ ਹਾਂ ਤਾਂ ਜਾ ਰਹੇ ਹਾਂ ਜੀ, ਜਾਂ ਸਾਡੀ ਉੱਥੇ ਕਿੰਨੀ ਕੁ ਵੱਡੀ ਅਹਿਮੀਅਤ ਆ, ਕਿੰਨੇ ਕੁ ਲੋਕ, ਤੁਸੀਂ ਦੇਖੋ ਦੱਸੋ ਅਵਤਾਰ ਜੀ ਜਦੋਂ ਆਪਣੇ ਤੁਹਾਡੇ ਪਿੰਡ ਦੇ ਵਿੱਚ ਜਾਂ 20-25-30-40 NRI ਕਿਸੇ ਦੀ ਸਪੋਰਟ ਕਰਨ ਜਾਂਦੇ ਨੇ ਕੀ ਉਹ ਕੋਈ ਫਰਕ ਪਾਉਂਦੇ ਨੇ?
ਨਹੀਂ ਫਰਕ ਤਾਂ ਨਹੀਂ, ਚਲੋ ਫਰਕ ਵੀ ਪੈਂਦਾ ਅਤੇ ਬਾਕੀ ਜਿਹੜੀ ਉਹਨਾਂ ਦੀ ਆਪਦੀ ਸੋਚ ਆ ਉਹ ਜੁੜੀ ਹੋਈ ਆ, ਪਿੰਡ ਦੇ ਨਾਲ ਜੁੜੀ ਹੋਈ ਆ, ਆਪਣੇ ਦੇਸ਼ ਦੇ ਨਾਲ ਜੁੜੀ ਹੋਈ ਆ। ਉਹ ਚਾਹੇ ਇੱਥੇ ਕਰੋੜਾਂ ਅਰਬਾਂ ਪਤੀ ਨੇ ਜੀ, ਪਰ ਉਹ ਚਾਹੁੰਦੇ ਜਿਹੜਾ ਉਹਨਾਂ ਨੂੰ ਹੇਰਬਾ ਉੱਥੇ ਦਾ, ਵੀ ਜਿਵੇਂ ਉਹ ਅਸੀਂ ਇੱਥੋਂ ਦੇਖਦੇ ਹਾਂ ਨਾ, ਸਾਨੂੰ ਐਂ ਲੱਗਦਾ ਜਿਵੇਂ ਆਪਾਂ ਨਹੀਂ ਕਿਤੇ ਕਿਸੇ ਦਾ ਬੱਚਾ ਕਾਮਯਾਬ ਦੇਖਦੇ ਹਾਂ, ਬਿਲਕੁਲ ਉਹ ਡਾਕਟਰ ਬਣਿਆ ਹੋਇਆ, ਉਹ ਆਹ ਬਣਿਆ, ਆਪਾਂ ਆਪਣੇ ਬੱਚੇ ਦੇ ਵਿੱਚ ਵੀ ਆ ਕੇ ਦੇਖਦੇ ਹਾਂ ਵੀ ਯਾਰ ਇਹ ਵੀ ਉੱਥਾਂ ਬਣੇ। ਅਸੀਂ ਜਦੋਂ ਬਾਹਰਲੇ ਲੋਕਾਂ, ਜਿਵੇਂ ਹੁਣ ਤੁਸੀਂ ਤੁਹਾਡਾ ਪਹਿਲਾ ਤੁਸੀਂ ਅਮੈਰੀਕਾ ਜਾ ਕੇ ਆਏ ਹੋ ਅਤੇ ਤੁਸੀਂ ਹੁਣ 20-22 ਦਿਨ ਅਮੈਰੀਕਾ ਤੋਂ ਬਾਅਦ ਇੱਥੇ ਆਏ ਹੋ, ਜਦੋਂ ਤੁਸੀਂ ਉੱਥੇ ਜਾਏਂਗੇ ਹੋ ਤੁਸੀਂ ਵੀ ਇੱਕ ਸੁਪਨਾ ਲੈ ਕੇ ਜਾਏਂਗੇ ਵੀ ਯਾਰ ਵੀ ਸਾਡਾ ਵੀ ਕੰਟਰੀ ਇਹੋ ਜਿਹਾ ਹੋਵੇ। ਬਿਲਕੁਲ ਹੈਂ, ਕਿਹਦਾ ਜੀ ਕਰਦਾ, ਕਹਿੰਦਾ ਘਰ ਤੋਂ ਬੈਗ ਚੱਕ ਕੇ ਆਉਣਾ ਸੌਖਾ ਨਹੀਂ ਹੁੰਦਾ, ਮੁਲਕ ਬਗਾਨੇ ਡੇਰਾ ਲਾਉਣਾ ਸੌਖਾ ਨਹੀਂ ਹੁੰਦਾ, ਰਹਿਣਾ ਵਿੱਚ ਪ੍ਰਦੇਸ਼ਾਂ ਸੁਪਨੇ ਲੈਣੇ ਦੇਸ਼ਾਂ ਦੇ, ਟੁਕੜਿਆਂ ਵਿੱਚ ਵੰਡ ਹੋ ਕੇ ਜੀਣਾ ਸੌਖਾ ਨਹੀਂ ਹੁੰਦਾ। ਅਸੀਂ ਇਹ ਆਪਣਾ ਦੇਸ਼ ਇਸ ਲਈ ਨਹੀਂ ਛੱਡਦੇ ਵੀ ਸਾਨੂੰ ਉਹ ਵਧੀਆ ਨਹੀਂ ਹੁੰਦਾ, ਅਸੀਂ ਇੱਕ ਸੁਣਦੇ ਹਾਂ ਦੇਸ਼ਾਂ ਲਈ ਵੀ ਇਹ ਦੇਸ਼ ਵਧੀਆ ਨੇ, ਪਰ ਜਦੋਂ ਸਾਡਾ ਆਪਣਾ ਦੇਸ਼ ਇਹ ਵਧੀਆ ਬਣ ਜਾਵੇ ਕੀ ਸਾਨੂੰ ਕਿਤੇ ਪ੍ਰਦੇਸ਼ਾਂ ਆਉਣ ਦੀ ਲੋੜ ਪਵੇ? ਬਿਲਕੁਲ, ਤੁਹਾਡੀ ਸਹੀ ਗੱਲ ਹੈ। ਲਓ ਜੀ, ਇੱਦਾਂ ਹੀ ਗੱਲਾਂ ਦਾ ਜਿਹੜਾ ਸਿਲਸਿਲਾ ਤੁਹਾਡੇ ਨਾਲ ਜਾਰੀ ਰੱਖਾਂਗੇ। ਪੰਜਾਬ 'ਚ ਹੋਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਸਦੇ ਸੰਬੰਧੀ ਗੱਲਬਾਤ ਦਾ ਸਿਲਸਿਲਾ ਇੱਦਾਂ ਹੀ ਤੁਹਾਡੇ ਨਾਲ ਜਾਰੀ ਰਹੂਗਾ। ਔਰ ਸਾਂਝਾ ਪੰਜਾਬ ਸਟੂਡੀਓ ਦੇ ਫੋਨ ਨੰਬਰ 905-456-4444, ਤੁਹਾਡੇ ਕਿਹੋ ਜਿਹੇ ਸੁਝਾਅ ਨੇ ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ। ਅਗਰ ਤੁਸੀਂ ਵੈਬਸਾਈਟ 'ਤੇ ਸਾਂਝਾ ਪੰਜਾਬ ਦੇਖਣਾ ਚਾਹੁੰਦੇ ਹੋ, www.saanjhapanjabtv.com 'ਤੇ ਜਾ ਕੇ ਤੁਸੀਂ ਵੈਬਸਾਈਟ 'ਤੇ ਸਾਡਾ ਪ੍ਰੋਗਰਾਮ ਦੇਖ ਸਕਦੇ ਹੋ। ਇੱਥੇ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆਉਂਦੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ।